ਨੇ ਕਿ ਪੰਜਾਬੀਆਂ ਦੀ ਸ਼ਾਨ ਵੱਖਰੀ ਤੇ ਇਸ ਗੱਲ ਨੂੰ ਪ੍ਰੂਫ ਕਰ ਰਹੇ ਨੇ ਸਾਡੇ ਦਸਾਂਝਾ ਵਾਲਾ ਦਲਜੀਤ ਦਸਾਂਝ, ਜਿਨ੍ਹਾਂ ਨੇ ਗਾਣਿਆਂ, ਮੂਵੀਜ਼, ਟੀਵੀ ਇੰਡਸਟਰੀ ਅਤੇ ਇੰਡੋਰਸਮੈਂਟ ਇੰਡਸਟਰੀ ਦੇ ਵਿੱਚ ਆਪਣੀ ਅਦਾਕਾਰੀ, ਗਾਇਕੀ ਅਤੇ ਆਪਣੇ ਫੈਸ਼ਨ ਸਟੇਟਮੈਂਟਸ ਦੇ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਤਾਂ ਬਣਾਇਆ ਹੀ ਹੈ। ਉੱਥੇ ਦਲਜੀਤ ਦਸਾਂਝ ਸਾਲ 2018 ਦੇ ਹਰ ਇੱਕ ਮਹੀਨੇ ਦੇ ਵਿੱਚ ਆਪਣੇ ਫੈਨਸ ਨੂੰ ਨਵੀਆਂ ਨਵੀਆਂ ਅਨਾਊਂਸਮੈਂਟ ਅਤੇ ਸਰਪ੍ਰਾਈਜ਼ ਦੇ ਨਾਲ ਐਕਸਾਈਟਡ ਤਾਂ ਕਰ ਹੀ ਰਹੇ ਨੇ, ਉੱਥੇ ਹੀ ਉਹਨਾਂ ਦੇ ਫੈਨਸ ਉਹਨਾਂ ਦੇ ਆਉਣ ਵਾਲੇ ਫਿਲਮਾਂ ਦੇ ਲਈ ਵੀ ਬਹੁਤ ਜ਼ਿਆਦਾ ਐਕਸਾਈਟਡ ਨੇ। ਉੱਥੇ ਜੇ ਆਪਾਂ ਇਹਨਾਂ ਅਨਾਊਂਸਮੈਂਟ ਅਤੇ ਸਰਪ੍ਰਾਈਜ਼ ਦੀ ਗੱਲ ਕਰੀਏ ਤਾਂ ਇਸ ਮਹੀਨੇ ਵੀ ਦਲਜੀਤ ਦੋਸਾਂਝ ਨੇ ਆਪਣੇ ਫੈਨਸ ਨੂੰ ਇੱਕ ਸਰਪ੍ਰਾਈਜ਼ ਦਿੱਤਾ ਹੈ। ਅਤੇ ਉਹਨਾਂ ਨੇ ਇੰਸਟਾਗ੍ਰਾਮ ਪੇਜ ਤੇ ਆਪਣੇ ਫੈਨਸ ਨੂੰ ਦੱਸਦੇ ਹੋਏ ਕਿਹਾ ਕਿ ਉਹਨਾਂ ਦਾ ਮੈਡਮ ਤੁਸਾਡਸ ਮਿਊਜ਼ੀਅਮ ਦਿੱਲੀ ਦੇ ਵਿੱਚ ਵੈਕਸ ਸਟੈਚੂ ਬਣਨ ਜਾ ਰਿਹਾ ਹੈ, ਜਿਸ ਨੂੰ ਸੁਣ ਕੇ ਉਹਨਾਂ ਦੇ ਫੈਨਸ ਤਾਂ ਐਕਸਾਈਟਡ ਹੋਏ ਹੀ, ਉੱਥੇ ਹੀ ਉਹਨਾਂ ਨੂੰ ਕਈ ਸੈਲੀਬ੍ਰਿਟੀਜ਼ ਨੇ ਵੀ ਕੰਗ੍ਰੈਚੁਲੇਟ ਵਿਸ਼ ਕੀਤਾ। ਉੱਥੇ ਦਲਜੀਤ ਦੋਸਾਂਝ ਨੇ ਰੀਸੈਂਟਲੀ ਆਪਣੀਆਂ ਕੁਝ ਪਿਕਚਰਸ ਅਤੇ ਥਰੋਬੈਕਸ ਵੀ ਸ਼ੇਅਰ ਕੀਤੇ ਨੇ, ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨਾਲ ਸ਼ੇਅਰ ਕੀਤੇ, ਜਿਨ੍ਹਾਂ ਨੂੰ ਕੈਪਸ਼ਨ ਦਿੰਦੇ ਹੋਏ ਦਲਜੀਤ ਦੋਸਾਂਝ ਨੇ ਸਪੈਸ਼ਲੀ ਤਾਂ ਆਪਣੇ ਫੈਨਸ ਦਾ ਥੈਂਕ ਯੂ ਕੀਤਾ, ਔਨ ਦਾ ਅਦਰ ਹੈਂਡ ਉਹਨਾਂ ਨੇ ਆਪਣੇ ਵਾਹਿਗੁਰੂ ਦਾ ਵੀ ਥੈਂਕ ਯੂ ਕੀਤਾ। ਉੱਥੇ ਰੀਸੈਂਟਲੀ ਮੈਡਮ ਤੁਸਾਡ ਮਿਊਜ਼ੀਅਮ ਦੇ ਇੰਸਟਾਗ੍ਰਾਮ ਪੇਜ ਤੇ ਲਾਈਵ ਹੋ ਕੇ ਦਲਜੀਤ ਦੋਸਾਂਝ ਨੇ ਕੁਝ ਕੁਐਸਚਨਸ ਦਾ ਵੀ ਜਵਾਬ ਦਿੱਤਾ, ਜਿਸ ਦੇ ਦੌਰਾਨ ਉਹਨਾਂ ਨੂੰ ਸਭ ਤੋਂ ਪਹਿਲਾਂ ਪੁੱਛਿਆ ਗਿਆ ਕਿ ਜਦੋਂ ਉਹਨਾਂ ਨੂੰ ਇਸ ਨਿਊਜ਼ ਯਾਨੀ ਕਿ ਵੈਕਸ ਸਟੈਚੂ ਬਾਰੇ ਪਤਾ ਲੱਗਾ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ, ਜਿਸ ਦੇ ਬਾਰੇ ਦਲਜੀਤ ਦੋਸਾਂਝ ਨੇ ਦੱਸਦੇ ਹੋਏ ਕੁਝ ਇਹ ਕਿਹਾ। ਹੈਲੋ ਗਾਇਸ, ਨਮਸਤੇ, ਸਤਿ ਸ਼੍ਰੀ ਅਕਾਲ, ਮੈਂ ਦਲਜੀਤ ਦੋਸਾਂਝ ਔਰ ਮੈਂ ਆ ਰਹਾ ਹਾਂ ਮੈਡਮ ਤੁਸਾਰ, ਗੁੱਡ ਈਵਨਿੰਗ ਕਰ ਸਕਦਾ ਕਿਉਂਕਿ ਮੇਰੀ ਉਤਨੀ ਔਕਾਤ ਹੈ ਨਹੀਂ ਐਕਚੁਅਲੀ, ਇਹ ਆਪ ਲੋਕਾਂ ਨੇ ਪਤਾ ਨਹੀਂ ਕਿਹਦੇ ਸੋਚ ਲਿਆ, ਔਰ ਇਹ ਸਭ ਚੀਜ਼ਾਂ ਜੋ ਮੇਰੀ ਲਾਈਫ ਮੇਂ ਹੋ ਰਹੀ ਹੈ, ਇਹ ਡ੍ਰੀਮ ਹੈ, ਸੁਪਨੇ ਹੈ, ਸਭ ਫਿਲਮੋਂ ਮੈਂ ਗਾਣਾ ਮੈਂ ਸੋਚਿਆ ਤਾਂ ਲਾਈਫ ਨੂੰ ਸਿਰਫ ਇੱਕ ਚੀਜ਼ ਮੈਂ ਸੋਚੀ ਸੀ ਕਿ ਮੈਂ ਗਾਣਾ ਗਾਊਂਗਾ, ਪੰਜਾਬੀ ਗਾਣਾ ਗਾਊਂਗਾ, ਤੋ ਕਦੀ ਬਾਲੀਵੁੱਡ ਮੈਂ ਆ ਜਾਊਂਗਾ ਇਹ ਨਹੀਂ ਸੋਚਿਆ ਤਾ, ਮੈਡਮ ਤੋਂ ਸਾਹਿਬ ਤੋਂ ਔਰ ਵੀ ਬਹੁਤ ਬੜੀ ਬਾਤ ਹੈ, ਤੋ ਮੈਂ ਥੈਂਕਸ ਕਰਦਾ ਹੂੰ ਰਾਤ ਨੂੰ ਕਿ ਇਹ ਸਭ ਜੋ ਹੋ ਰਿਹਾ ਹੈ ਉਹ ਇਤਨੀ ਔਕਾਤ ਹੈ। ਜਦੋਂ ਦਲਜੀਤ ਦੋਸਾਂਝ ਨੂੰ ਉਹਨਾਂ ਦਾ ਫੇਵਰੇਟ ਸੌਂਗ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਦੇ ਫੇਵਰੇਟ ਸੌਂਗ ਤਾਂ ਬਹੁਤ ਜ਼ਿਆਦਾ ਨੇ, ਪਰ ਉਹਨਾਂ ਦੇ ਵੱਲੋਂ ਗਾਇਆ ਗਿਆ ਗਾਣਾ ਡੂ ਯੂ ਨੋ ਉਹਨਾਂ ਦਾ ਸਭ ਤੋਂ ਫੇਵਰੇਟ ਗਾਣਾ ਹੈ। ਵੇਲ ਜੀ, ਕਿਉਂ ਨਾ ਹੋਵੇ, ਦਲਜੀਤ ਦੋਸਾਂਝ ਨੇ ਇਹ ਗਾਣਾ ਆਪਣੀ ਫੇਵਰੇਟ ਸੈਲੀਬ੍ਰਿਟੀ ਕ੍ਰਸ਼ ਕਾਇਲੀ ਜੈਨਰ ਦੇ ਲਈ ਗਾਇਆ ਸੀ। ਉੱਥੇ ਜਦੋਂ ਦਲਜੀਤ ਦੋਸਾਂਝ ਨੂੰ ਪੁੱਛਿਆ ਗਿਆ ਕਿ ਬਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਦੇ ਵਿੱਚ ਉਹਨਾਂ ਨੇ ਕਈ ਫਿਲਮਾਂ ਕੀਤੀਆਂ ਨੇ ਤਾਂ ਉਹਨਾਂ ਵਿੱਚੋਂ ਉਹਨਾਂ ਦਾ ਫੇਵਰੇਟ ਰੋਲ ਕਿਹੜਾ ਹੈ ਤਾਂ ਉਹਨਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ 1984 ਅਤੇ ਸੂਰਮਾ। ਉਹਦੇ ਜੇ ਆਪਾਂ ਸੂਰਮਾ ਦੀ ਗੱਲ ਕਰੀਏ ਤਾਂ ਹੁਣ ਤੱਕ ਇਹ ਫਿਲਮ 8 ਕਰੋੜ ਰੁਪਏ ਕਮਾ ਚੁੱਕੀ ਹੈ ਅਤੇ ਫੈਨਸ ਦੇ ਨਾਲ ਨਾਲ ਇਹ ਬਾਲੀਵੁੱਡ ਸੈਲੀਬ੍ਰਿਟੀਜ਼ ਅਤੇ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਇਹ ਫਿਲਮ ਬਹੁਤ ਹੀ ਜ਼ਿਆਦਾ ਪਸੰਦ ਆਈ ਹੈ। ਔਨ ਦਾ ਅਦਰ ਹੈਂਡ, ਦਲਜੀਤ ਦੋਸਾਂਝ ਨੇ ਸੌਂਗਸ ਬਾਰੇ ਅਤੇ ਆਪਣੀ ਆਉਣ ਵਾਲੀ ਐਲਬਮ ਦੇ ਬਾਰੇ ਰਿਵੀਲ ਕਰਦੇ ਹੋਏ ਕੁਝ ਇਹ ਕਿਹਾ। ਓਕੇ, ਨੈਕਸਟ ਐਲਬਮ ਰਿਲੀਜ਼ ਹੋਣੇ ਵਾਲੀ ਹੈ ਮੇਬੀ ਇਨ ਸੈਪਟੈਂਬਰ ਔਰ ਅਕਟੂਬਰ, ਕੁਝ 24 ਸੇ 25 ਗਾਣੇ ਹੈ ਉਸ ਵਿੱਚ, ਇਤਨੀ ਖਤਰਨਾਕ ਐਲਬਮ ਹਮਨੇ ਬਣਾ ਰੱਖੀ ਹੈ, 24 ਸੇ 25 ਗਾਣੇ, ਗਾਣੇ ਇਤਨੇ ਹੋ ਗਏ ਪਤਾ ਨਹੀਂ ਚੱਲੇ ਕਿੰਨੇ ਗਾਣੇ ਡਾਲੇ ਉਸਨੇ, ਇਹ ਬਹੁਤ ਬੜਾ ਸਰਪ੍ਰਾਈਜ਼ ਹੈ ਜੋ ਮੇਰੇ ਮੂੰਹ ਸੇ ਨਿਕਲ ਗਿਆ, ਐਨੀ ਹਾਓ ਮਿਟੀ ਮਾਓ ਮੇਰੇ ਬਤਾ ਦਿਓ। ਦਲਜੀਤ ਦੋਸਾਂਝ, ਜਿਨ੍ਹਾਂ ਨੇ ਰੀਸੈਂਟਲੀ ਆਪਣੀ ਸੁਪਰਹਿੱਟ ਐਲਬਮ ਕੌਨਫੀਡੈਂਸ਼ੀਅਲ ਰਿਲੀਜ਼ ਕੀਤੀ ਸੀ, ਉਸ ਦੇ ਵਿੱਚ 8 ਤੋਂ ਲੈ ਕੇ 9 ਗਾਣੇ ਸਨ। ਉੱਥੇ ਹੀ ਜਦੋਂ ਉਹਨਾਂ ਨੇ ਅਨਾਊਂਸ ਕੀਤਾ ਕਿ ਉਹਨਾਂ ਦੀ ਆਉਣ ਵਾਲੀ ਐਲਬਮ ਦੇ ਵਿੱਚ 24 ਤੋਂ ਲੈ ਕੇ 25 ਗਾਣੇ ਹੋਣਗੇ ਤਾਂ ਅਸੀਂ ਤਾਂ ਫੁੱਲੀ ਐਕਸਾਈਟਿਡ ਹਾਂ। ਸੋ ਫਰੈਂਡਸ, ਹੁਣ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਦਲਜੀਤ ਦੋਸਾਂਝ ਦੇ ਇਹਨਾਂ ਵੀਡੀਓਜ਼ ਬਾਰੇ ਅਤੇ ਉਹਨਾਂ ਦੇ ਬੈਕ ਸਟੈਚੂ ਬਾਰੇ, ਅਤੇ ਨਾਲੇ ਤੁਸੀਂ ਸਾਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਇਹ ਵੀ ਦੱਸੋ ਕਿ ਤੁਸੀਂ ਕਿੰਨਾ ਕੁ ਐਕਸਾਈਟਿਡ ਹੋ ਦਲਜੀਤ ਦੋਸਾਂਝ ਦੀ ਆਉਣ ਵਾਲੀ ਐਲਬਮ ਨੂੰ ਸੁਣਨ ਅਤੇ ਉਹਨਾਂ ਦੀ ਮਿਊਜ਼ਿਕ ਵੀਡੀਓਜ਼ ਨੂੰ ਵੇਖਣ ਦੇ ਲਈ। ਅਤੇ ਅਜਿਹਾ ਇੰਟਰਸਟਿੰਗ ਨਿਊਜ਼ ਦੇ ਲਈ ਸਾਡੇ ਗਬਰੀ ਯੂਟਿਊਬ ਚੈਨਲ ਨੂੰ ਤਾਂ ਤੁਸੀਂ ਸਬਸਕ੍ਰਾਈਬ ਕਰੋ ਹੀ, ਅਤੇ ਅਜਿਹਾ ਨਿਊਜ਼ ਦੀ ਨੋਟੀਫਿਕੇਸ਼ਨ ਦੇ ਲਈ ਥੱਲੇ ਦਿੱਤੇ ਗਏ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰਿਓ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।